ਜਾਗ ਉਹਦਾ ਭੌਂਕਾ ਪਰ ਤੁਸੀਂ ਦੇਖ ਰਹੇ ਹੋ ਭੌਂਕੇ ਦੀਆਂ ਜੱਬੀਆਂ ਕਿਉਂਕਿ ਭੌਂਕੇ ਦੀ ਲੋੜ ਪੈ ਗਈ ਚੋਣਾਂ ਆ ਗਈਆਂ ਨੇ ਹੋਰ ਕੁਛ ਲੋਕ ਬਾਦਲ ਦਲ ਨੇ ਆਪਣੇ ਭੌਂਕੇ ਬਣਾ ਕੇ ਛੱਡੇ ਹੋਏ ਨੇ ਜਿਨ੍ਹਾਂ ਨੂੰ ਬੰਦੇ ਜਵਾਬ ਨਹੀਂ ਦੇ ਸਕਦੇ ਇਸ ਵਾਸਤੇ ਜਾਗੋ ਦਾ ਭੌਂਕਾ ਦੇਗਾ ਇਹਨਾਂ ਨੂੰ ਜਵਾਬ ਪਰ ਖੋਲੇ ਹੋਏ ਇਹਨਾਂ ਦੇ ਰਾਜ ਕੀ ਇਹਨਾਂ ਨੇ ਕੀਤੇ ਨੇ ਕਰਮ ਪਰ ਕੀ ਕੀਤੇ ਨੇ ਕੁਕਰਮ ਹੁਣ ਭੌਂਕੇ ਦੀ ਆਈ ਹੈ ਵਾਰੀ ਪਰ ਖਿੱਚ ਲਓ ਹੁਣ ਤਿਆਰੀ ਕਿਉਂਕਿ ਭੌਂਕਾ ਜਦੋਂ ਬੋਲੇਗਾ ਤੇ ਕਈਆਂ ਦੇ ਰਾਜ ਖੋਲੇਗਾ ਜਦੋਂ ਰਾਜ ਖੋਲੇਗਾ ਤੇ ਫਿਰ ਕਈਆਂ ਨੂੰ ਦਸਤ ਲੱਗਣਗੇ ਉਹ ਜਿਹੜੇ ਰਾਤੀ ਪੀਣ ਤੋਂ ਬਾਅਦ ਬੋਲਦੇ ਨੇ ਵੀਡੀਓ ਕੱਢ ਕੱਢ ਕੇ ਉਹ ਜਵਾਬ ਦੇ ਦੇਣ ਕਦੋਂ ਉਹਨਾਂ ਦੇ ਬੱਚਿਆਂ ਦੀ ਉਹਨਾਂ ਨੇ ਫੀਸਾਂ ਭਰੀਆਂ ਸਕੂਲਾਂ ਦੇ ਵਿੱਚ ਉਹ ਜਵਾਬ ਦੇ ਦੇਣ ਕਿ ਉਹਨਾਂ ਦੇ ਜਿਹੜੇ ਬੈਠੇ ਨੇ ਮਾਲਕ ਉਹਨਾਂ ਮਾਲਕਾਂ ਨੇ ਕੀ ਭ੍ਰਿਸ਼ਟਾਚਾਰ ਨਹੀਂ ਕੀਤਾ ਉਹ ਭੌਂਕੇ ਕਦੇ ਭੌਂਕਣ ਤੋਂ ਪਹਿਲੇ ਆਪਣਾ ਰਿਕਾਰਡ ਵੀ ਚੈੱਕ ਕਰ ਲਿਆ ਕਰੋ ਕਿ ਦੂਜਿਆਂ ਦੇ ਖਿਲਾਫ਼ ਭੌਂਕਣ ਦੀ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਤੋਂ ਬਾਹਰ ਆਓ ਪਰ ਭੌਂਕਣ ਤੋਂ ਪਹਿਲੇ ਸੋਚੋ ਵਿਚਾਰੋ ਤੁਸੀਂ ਕਿਹੜੇ ਬਾਰੇ ਕੀ ਬੋਲ ਰਹੇ ਹੋ ਪਰ ਇੱਕ ਗੱਲ ਦੀ ਭਲਾਈ ਵੀ ਹੈ ਭੌਂਕੇ ਨੂੰ ਕਿ ਭੌਂਕਾ ਜਿੱਥੇ ਜਾਂਦਾ ਹੈ ਉਹ ਪਾਰਟੀ ਹਾਰ ਜਾਂਦੀ ਹੈ ਇਸ ਵਾਸਤੇ ਬਾਦਲ ਦਾ ਪਹਿਲੇ ਮੰਨ ਲੈਣ ਕਿ ਇਹ ਹਾਰਨਗੇ ਉਹ ਬੁਰੀ ਤਰ੍ਹਾਂ ਹਾਰਨਗੇ ਪਰ ਇਹ ਭੌਂਕਾ ਤੁਹਾਨੂੰ ਤੁਹਾਡੀ ਬਗਜਬਲੀਆਂ ਦਾ ਜਵਾਬ ਜ਼ਰੂਰ ਦਿੰਦਾ ਰਹੇਗਾ ਅੱਜ ਵਾਸਤੇ ਬਹੁਤ ਹੈ ਨਹੀਂ ਦੇਖਦੇ ਰਹੋ ਜਾਗੋ ਦਾ ਭੌਂਕਾ।